ਸਾਡੇ ਵਿਦਵਾਨ ਸਮਰਪਿਤ ਹੋਣ, ਸਾਡੇ ਧਾਰਮਿਕ ਆਗੂ ਵਿਦਵਾਨ ਹੋਣ, ਭਾਈ ਬਨੀ ਸਿੰਘ ਵਾਂਗੂ, ਅਕਾਲੀ ਬਾਬਾ ਫੂਲਾ ਸਿੰਘ ਵਾਂਗੂ। ਜੇ ਸਿਖਰ ਦੇਖਣਾ ਧਾਰਮਿਕ ਆਗੂਆਂ ਦਾ, ਅਕਾਲੀ ਬਾਬਾ ਫੂਲਾ ਸਿੰਘ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ, ਇਹ ਕੋਈ ਜਰਨੈ ਸਿਰਫ ਜਰਨੈਲ ਨਹੀਂ ਸਨ ਕਿ ਖੰਡਾ ਹੀ ਖੜਕਾਉਂਦੇ ਸਨ। ਲੋੜ ਪਿਆ ਤਾਂ ਬਿਰਦ ਅਵਸਥਾ ਵਿੱਚ ਖੰਡਾ ਵੀ ਇਹੋ ਜਿਹਾ ਭਾਰਾ ਖੜਕਾਇਆ ਕਿ ਸਭ ਤੋਂ ਚੱਕ ਵੀ ਨਹੀਂ ਹੁੰਦਾ, ਅਤੇ ਲੋੜ ਪਈ ਕਲਮਾ ਘੜ ਕੇ ਦਮਦਮੇ ਦੀ ਧਰਤੀ 'ਤੇ ਬੈਠ ਕੇ ਬੀੜਾਂ ਆਪਣੇ ਹੱਥ ਨਾਲ ਲਿਖੀਆਂ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬੰਦ ਕਟਵਾਉਣੇ ਪਏ, ਅਤੇ ਉੱਥੇ ਵੀ ਸਿਖਰ ਹੈ। ਭਾਈ ਸੁਬੇਗ ਸਿੰਘ ਕਿਹੋ ਜਿਹੇ ਤਕੜੇ ਵਿਦਵਾਨ ਸਨ, ਸਰਕਾਰ ਦੇ ਵੀ ਸਰਕਾਰੀ ਦਰਬਾਰੇ ਲੋਕਾਂ ਦੀ ਰਾਏ ਲੈਂਦੇ ਸਨ, ਪਰ ਧਰਮ ਦੇ ਵਿੱਚ ਕਿਤਨੇ ਪਰਪੱਕ ਸਨ ਕਿ ਚਰਖੀਆਂ 'ਤੇ ਚਾੜ ਕੇ ਚਰਖੜੀ ਘੁਮਾਈ ਤਾਂ ਜਾ ਸਕਦੀ ਹੈ, ਪਰ ਸੁਬੇਗ ਸਿੰਘ, ਸ਼ਾਬਾਸ਼ ਸਿੰਘ ਨਿੱਕਾ ਬੇਟਾ ਅਤੇ ਪਿਤਾ ਜੀ, ਇਹੋ ਜਿਹੇ ਸਾਨੂੰ ਵਿਦਵਾਨ ਧਾਰਮਿਕ ਆਗੂ ਚਾਹੀਦੇ ਨੇ। ਲੋੜ ਪਈ ਤਾਂ ਸਮੇਂ ਦੇ ਸਿਆਸੀ ਆਗੂ ਨੂੰ ਵੀ ਝਿੜਕਣ ਦੀ ਸਮਰੱਥਾ ਰੱਖਦੇ ਨੇ, ਘੂਰਨ ਦੀ ਸਮਰੱਥਾ ਰੱਖਦੇ ਨੇ, ਕੌੜੇ ਮਾਰਨ ਤੱਕ ਦੀ ਸਮਰੱਥਾ ਰੱਖਦੇ ਨੇ। ਇਹੋ ਜਿਹੇ ਧਾਰਮਿਕ ਜਿਹੜੇ ਵਿਦਵਾਨ ਵੀ ਨੇ, ਸਮਰਪਿਤ ਵੀ ਨੇ। ਇਹ ਨਹੀਂ ਕਿ ਕਹਿਣ ਨੂੰ ਹੀ ਆਗੂ ਨੇ, ਪਤਾ ਹੀ ਨਹੀਂ ਗੁਰਬਾਣੀ ਕਹਿ ਕੀ ਰਹੀ ਹੈ। ਵਿਦਵਤਾ ਭਰਪੂਰ ਨੇ, ਕਿਸੇ ਦੀ ਟੈ ਨਹੀਂ ਮੰਨਦੇ, ਸਮਰੱਥਾ ਰੱਖਦੇ ਨੇ। ਬਾਬਾ ਸੰਤ ਅਤਰ ਸਿੰਘ ਜੀ ਮਸਤੂ ਆਉਣ ਵਾਲਿਆਂ ਵਾਂਗੂ ਨੇ ਜੋਰਜ ਪੰਚਮ ਦੀ ਪ੍ਰੈਜੈਂਸ ਵਿੱਚ ਇਹ ਗੱਲ ਪੜ੍ਹ ਦਿੱਤੀ ਸੀ, ਹਰ ਸਮਾਨ ਨਹੀਂ ਕੋ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦੇਣਾ। ਇਹ ਕਹਿੰਦੇ ਐਵੇਂ ਖੇਡ ਨਾ ਕਰ, ਜੋਰਜ ਪੰਚਮ ਨੂੰ ਗੱਲ ਕਹਿ ਦਿੱਤੀ ਸੀ ਕਿ ਪਰਮਾਤਮਾ ਦੇ ਬਰਾਬਰ ਦਾ ਕੋਈ ਰਾਜਾ ਨਹੀਂ, ਹਰ ਸਮਾਨ ਨਹੀਂ ਕੋ ਰਾਜਾ, ਐਸੇ ਵਿਦਵਾਨ ਧਾਰਮਿਕ ਆਗੂ ਸਾਡੇ ਕੋਲ ਨਹੀਂ ਹਨ।